ਅਸਲਾਮੁਆਲਿਕਾ ਸਿਆਸੀ ਦੇ ਰਥੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਈ ਤੇ ਮਿਠਾ ਜੀ ਵਡੀਆਂ ਖਬਰਾਂ ਬਾਰਸੀਲੋਨਾ ਸਪੇਨ ਤੋਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਗਰਮੀ ਬੜੀ ਹੈ ਏਸੀ ਵੀ ਪੂਰਾ ਚੱਲਦਾ ਹੈ ਪਰ ਲੱਗਦਾ ਹੈ ਕਿ ਪਤਾ ਨਹੀਂ ਕੀ ਟਿਬਰੀਆਂ ਜਿਹੜੀਆਂ ਨੇ ਟਿੱਲੀਆਂ ਹੋ ਗਈਆਂ ਹੋਟਲ ਵਾਲਿਆਂ ਦੀ ਹਾਲਾਂਕਿ ਹੋਟਲ ਵੀ ਵੱਡਾ ਹੋਟਲ ਹੈ ਲੇਕਿਨ ਸਮਝ ਨਹੀਂ ਆ ਰਹੀ ਮੈਂ ਕੀ ਇੱਥੇ ਵੀ ਕਿਧਰੇ ਪੀਰ ਨਹੀਂ ਤੇ ਨਹੀਂ ਛੁਪੀ ਜਿਹੜੀ ਆ ਮੇਰੇ ਕਮਰੇ ਨੂੰ ਗਰਮੀਆਂ ਦੇ ਵਿੱਚ ਗਰਮ ਕਰਦੀ ਹੈ ਵੀ ਲੱਗਦਾ ਕੋਈ ਗੱਲ ਬਾਤ ਆ ਕੋਈ ਜਾਦੂ ਚੱਲਦਾ ਪਿਆ ਮੇਰੇ ਤੇ ਮੈਨੂੰ ਸਮਝ ਆ ਗਈ ਇੱਥੇ ਕੋਈ ਨਾ ਕੋਈ ਪੀਰਨੀ ਇੱਥੇ ਬਾਰਸਲੋਨਾ ਦੇ ਵਿੱਚ ਹੀ ਮੌਜੂਦ ਜਿਹੜੀ ਮੇਰਾ ਪਿੱਛਾ ਕਰ ਰਹੀ ਹੈ ਤੇ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਮਿੱਠਾ ਜੀ ਲੈ ਕੇ ਆਇਆ ਜੁਲਾਈ ਚੱਲਦਾ ਪਿਆ ਜਿਹੜਾ ਅਸੀਂ ਤੁਹਾਨੂੰ ਕਹਿ ਚੁੱਕੇ ਹਾਂ ਕਿ ਜੁਲਾਈ ਦੇ ਵਿੱਚ ਇਹ ਨੰਗੇ ਕੁੱਕੜ ਨੂੰ ਅਸੀਂ ਫੜ ਕੇ ਤੇ ਟੋਕਰੇ ਦੇ ਵਿੱਚ ਦੇਣਾ ਨੰਗਾ ਕੁੱਕੜ ਪਤਾ ਹੈ ਤੁਹਾਨੂੰ ਕੌਣ ਹੈ ਨੰਗਾ ਕੁੱਕੜ ਬਾਲਟੀ ਵਾਲਾ ਨੰਗਾ ਨੰਗਾ ਕੁੱਕੜ ਅੱਜ ਤੁਸੀਂ ਵੇਖਿਆ ਨਹੀਂ ਕਾਲਾ ਦਲ ਦੇ ਵਿੱਚ ਮੈਂ ਪੀਰਨੀ ਜਿਹੜੀ ਹੈ ਉਹ ਪੂਰਾ ਮੇਰਾ ਕਾਲੇ ਕੱਪੜੇ ਦਾ ਥਾਂ ਨਹੀਂ ਬੰਨ ਕੇ ਆ ਗਈ ਸੀ ਤੇ ਮੈਂ ਉਹਦੇ ਤੇ ਇਹ ਦੱਸਿਆ ਲੋਕਾਂ ਨੂੰ ਕਿ ਇਹ ਪੀਰਨੀ ਨਹੀਂ ਇਹ ਰਮਲ ਹੈ ਤੇ ਅਦਾਲਤ ਵਾਲੇ ਨੇ ਜਾਣਨ ਕਿ ਇਹ ਉਹ ਪੀਰਨੀ ਹੈ ਕਿ ਰਮਲ ਹੈ ਬਾਅਦ ਖਬਰਾਂ ਜਿਹੜੀਆਂ ਮੈਂ ਲੈ ਕੇ ਤੁਹਾਡੇ ਸਾਹਮਣੇ ਆਇਆ ਫਰਾਂਸ ਦੇ ਵਿੱਚ ਯੁੱਥੀਆਂ ਨੂੰ ਫਾਂਸੀਆਂ ਤ੍ਰਤੀ ਹਫ਼ਤੇ ਮਨ ਲੋਕ ਤ੍ਰਤੀ ਹਫ਼ਤੇ ਹੁੰਦੇ ਹਾਂ

कोई ऐसा दिन ही गुज़रता जैसे नियाज़ ਨੂੰ ਲਿੱਤਰ ਨਹੀਂ ਪੈਂਦੇ ਯਕੀਨ ਕਰੋ ਯੂਥਿਆ ਵੀ ਐਸੇ ਤਰਾਈਂ ਹੈ ਇਹ ਹਰ ਰੋਜ਼ ਸਾਬਰ ਸ਼ਾਕਰ ਦਾ ਪ੍ਰੋਗਰਾਮ ਵੇਖ ਕੇ ਜਦੋਂ ਸੌਂਦੇ ਨੇ ਸਾਬਰ ਸ਼ਾਕਰ ਕਹਿੰਦਾ ਕਿ ਸਵੇਰੇ ਵਜ਼ੀਰ ਆਜ਼ਮ ਬਣ ਜਾਣਾ ਇਮਰਾਨ ਖਾਨ ਉਹ ਇਸ ਚੱਕਰੇ 'ਚ ਸੌਂਦੇ ਨੇ ਤੇ ਸਵੇਰੇ ਉੱਠਦੇ ਨੇ ਤੇ ਲਿੱਤਰ ਪੈ ਰਹੇ ਹੁੰਦੇ ਨੇ ਕਦੀ ਕਿਧਰੋਂ ਕਦੀ ਕਿਧਰੋਂ ਕਦੀ ਕਿਧਰੋਂ ਇਹ ਸਾਖਤਾ ਬੇੜਾ ਹੋ ਚੁੱਕਿਆ ਆਰਮੀ ਚੀਫ ਦੀ ਨਿਆਜ਼ ਨੂੰ ਸ਼ਟਅਪ ਕੱਲ ਇੱਕ ਹੀ ਮਾਮਲਾ ਹੈ ਇਹਦੇ ਗੱਲ ਕਰਨੇ ਉਸਮਾਨ ਬੁਜ਼ਦਾਰ ਦੀ ਗ੍ਰਿਫਤਾਰੀ ਚੁੱਪ ਕੇ ਚੁੱਪ ਕੇ ਬੁਜ਼ਦਾਰ ਕਿੱਥੇ ਕੋਈ ਪਤਾ ਹੀ ਨਹੀਂ ਮੇਰਾ ਮਠਾ ਕਿੱਥੇ ਆ ਕਦੀ ਕਦੀ ਨੇ ਪਹਾੜਾਂ ਦੇ ਨਿਕਲ ਗਿਆ ਕਦੀ ਜੰਗਲਾਂ 'ਚ ਨਿਕਲ ਗਿਆ ਕਦੀ ਦਰਿਆਵਾਂ 'ਚ ਨਿਕਲ ਗਿਆ ਕਦੀ ਖੇਤਾਂ ਖលਿਆਨਾਂ 'ਚ ਨਿਕਲ ਜਾਂਦਾ ਲੇਕਿਨ ਹੁਣ ਗ੍ਰਿਫਤਾਰੀ ਦੇ ਦਿਨ ਜਿਹੜੇ ਨੇ ਮੇਰੇ ਸੋਹਣੇ ਬੁਜ਼ਦਾਰ ਦੇ ਵੀ ਕਰੀਬ ਆ ਚੁੱਕੇ ਨੇ ਕਿਉਂਕਿ ਬੁਜ਼ਦਾਰ ਦੇ ਜ਼ਿਮੇ ਜਿਹੜਾ ਕੰਮ ਅਸੀਂ ਲਾਇਆ ਸੀ ਉਹ ਬੁਜ਼ਦਾਰ ਕਰਨ ਤੋਂ ਝੱਕਦਾ ਤੇ ਗ੍ਰਿਫਤਾਰੀ ਜਿਹੜੀ ਹੈ ਉਹ ਕਰੀਬ ਆ ਗਈ ਅਗਲੀ ਖਬਰ ਤੇ ਆਜੋ ਸ਼ਹਾਜ਼ਾਦ ਅਕਬਰ ਵਾਦਾ ਮਾਫਗੁਆ ਸ਼ਹਾਜ਼ਾਦ ਅਕਬਰ ਉਹ 60 ਰਬ ਰੁਪਈਆ ਮਲਕ ਰਿਆਜ਼ ਪੀਰਨੀ ਗੋਗੀ ਤੇ ਨਿਆਜ਼ੀ ਵਾਦਾ ਮਫਗਵਾ ਇਹ ਤੇ ਵੀ ਗੱਲ ਕਰਨੇ ਆ ਪਹਿਲੀ ਖਬਰ ਤੇ ਆਜੋ ਫਰਾਂਸ ਦੇ ਵਿੱਚ ਹੰਗਾਮੇ ਹੁੰਦੇ ਨੇ ਫਰਾਂਸ ਦੇ ਵਿੱਚ ਜਿਹੜਾ ਯੂਥ ਆ ਉਹਨਾਂ ਨੇ ਲੁੱਟਮਾਰ ਕੀਤੀ ਅੱਗਾਂ ਲਾਈਆਂ ਦੁਕਾਨਾਂ ਲੁੱਟੀਆਂ ਸ਼ਾਪਿੰਗ ਸੈਂਟਰ ਲੁੱਟੇ ਤਬਾਈ ਫੇਰੀ ਔਰ ਇਹੋ ਲੋਕ ਨੇ ਜਿਹੜੇ ਜਿਹੜੇ ਮੁxtਲਫ ਮਤਲਬ ਕਿ ਇੱਕ ਹੀ ਮੁਲਕ ਹੈ ਔਰ ਮੁਲਕ ਦਾ ਨਾਮ ਤੇ ਮੈਂ ਨਹੀਂ ਲੈ ਸਕਦਾ ਕਿ ਕਿਹੜੇ ਮੁਲਕ ਦੇ ਨੇ ਉਹ ਹੈ ਉਹ ਮੁਸਲਮਾਨ ਮੁਲਕ ਜਿੱਥੋਂ ਦੇ ਇਹ ਯੂਥੀਏ ਨੇ ਤਾਂ ਗੁਫਰਾਂਸ ਦੇ ਵਿੱਚ ਆ ਕੇ ਇਹਨਾਂ ਨੇ ਪਣਾਵਾਂ ਲੱਭੀਆਂ ਤੇ ਖਰਚਾ ਤੇ ਸਾਰਾ ਮਨਸ਼ਾਦ ਦਾ ਤੰਦਾ ਤੇ ਪਤਾ ਨਹੀਂ ਕੀ ਕੀ ਇਹ ਕਰਦੇ ਨੇ ਹੈਡ ਕੋ 5 6 ਮਿਲੀਅਨ ਦੇ ਕਰੀਬ ਇਹ ਯੂਥੀਏ ਜਿਹੜੇ ਨੇ ਇਹਨਾਂ ਨੇ ਜਨਾਬ ਉੱਥੇ ਦੋ ਤਰਾਹ ਦਿਨ ਫਰਾਂਸ ਦੇ ਵਿੱਚ ਲੁੱਟ ਲੁੱਟ ਕੇ ਮੋਟਰਸਾਈਕਲਾਂ ਦੇ ਸ਼ੋਰੂਮ ਗੱਡੀਆਂ ਦੇ ਸ਼ੋਰੂਮ ਗੱਡੀਆਂ ਚਲਾ ਕੇ ਮੋਟਰਸਾਈਕਲ ਨਵੇਂ ਚਲਾ ਕੇ ਪਤਾ ਨਹੀਂ ਕੀ ਕੀ ਉੱਥੇ ਮਹਿੰਗੇ ਤੋਂ ਮਹਿੰਗੇ ਸ਼ਾਪਿੰਗ ਸੈਂਟਰ ਤੋੜ ਕੇ ਭੰਨ ਕੇ ਇਹ ਜਿਹੜੇ ਨੇ ਲੈ ਗਏ ਇਹ ਯੁੱਧ ਜਿਹੜੇ ਫਰਾਂਸ ਤੇ ਨੇ। ਰਿਆਸਤ ਨੇ ਫਿਰ ਆਪਣੇ ਆਪ ਨੂੰ ਸੰਭਾਲਿਆ ਸੰਭਾਲ ਕੇ ਬੈਠੀ। ਉੱਥੇ ਹੁਣ 24 ਘੰਟੇ ਅਦਾਲਤਾਂ ਚਲਦੀਆਂ ਨਾ ਪਈਆਂ। ਇੱਥੇ ਹੁਣ ਪਾਕਿਸਤਾਨ ਦੀਆਂ ਅਦਾਲਤਾਂ ਅ ਡਗੜ ਚੀਫ ਜਸਟਿਸ, ਮੁਲਕ ਦੁਸ਼ਮਣ ਔਰ ਬਾਕੀ ਜਿਹੜੇ ਜੱਜ ਨੇ ਸਾਰੇ ਕਾਬਲੇ ਇhtram ਉਹ ਧਿਆਨ ਕਰਨਾ ਹੈ ਹਕੂਮਤ, ਫੌਜ, ਆਈਐਸਆਈ, ادارے, ਪੁਲਿਸ ਸਾਰੇ ਇੱਥੇ ਧਿਆਨ ਕਰੋ। ਫ੍ਰਾਂਸ ਦੇ ਵਿੱਚ ਤਰੇ ਦਿਨ ਹੰਗਾਮੇ ਹੋਏ ਚਾਰ ਦਿਨ ਔਰ ਉਸ ਤੋਂ ਬਾਅਦ ਰਿਆਸਤ ਬੈਠੀ ਔਰ ਰਿਆਸਤ ਨੇ ਕੋਈ ਨਾ ਸੱਜਾ ਵੇਖਿਆ ਤੇ ਨਾ ਖੱਬਾ ਵੇਖਿਆ ਉਹਨਾਂ ਨੇ ਐਲਾਨ ਕੀਤਾ ਰਿਆਸਤ ਨੇ ਕਿ ਅਦਾਲਤ 24 ਘੰਟੇ ਲੱਗੇ ਦੀ 24 ਘੰਟੇ ਕੀ ਪਾਕਿਸਤਾਨ ਦੀ ਰਿਆਸਤ ਇਹ ਐਲਾਨ ਕਰ ਸਕਦੀ ਕਿ ਅਦਾਲਤ 24 ਘੰਟੇ ਲੱਗੇ ਦੀ ਪਾਕਿਸਤਾਨ ਤੇ ਹਮਲਾ ਹੋਇਆ 9 ਮਈ ਦਾ ਵਾਕਿਆ ਹੋਇਆ જરા سوچો ਆਪਣੇ ਅੰਦਰ ਝਾਂਕੋ ਝਾਂਕ ਕੇ ਆਪਣੇ ਆਪ ਨੂੰ ਟਟੋਲੋ ਟਟੋਲ ਕੇ ਆਪਣੇ ਆਪ ਦੇ ਆਪਣੇ ਅੰਦਰੋਂ ਕੱਢੋ ਜਿੰਨ ਕੱਢੋ ਆਪਣੇ ਅੰਦਰੋਂ ਕਿ ਆ ਪਾਕਿਸਤਾਨ ਦੇ ਵਿੱਚ ਕਿਸੇ ਨੇ ਸੋਚਿਆ ਕਿ ਆ ਸ਼ਿਵਾਸ਼ਰੀਫ ਸਾਹਿਬ ਨੇ ਸੋਚਿਆ ਕਿ ਮੁਲਕ ਤੇ ਉੱਤੇ ਹਮਲਾ ਹੋਇਆ ਹੈ ਕਿ ਆਰਮੀ ਚੀਫ ਸਾਹਿਬ ਨੇ ਸੋਚਿਆ ਕਿ ਕਿਸੇ ਨੇ ਐਲਾਨ ਕੀਤਾ ਕਿ ਜਿਸ ਦਿਨ ਹਮਲਾ ਹੋਇਆ 9 10 11 12 ਤਰੀਕ ਨੂੰ ਇਹ ਐਲਾਨ ਬੰਦਾ ਸੀ ਕਿ ਅਦਾਲਤਾਂ ਅੱਜ ਤੋਂ 24 ਘੰਟੇ ਕੰਮ ਕਰਨ ਦੀਆਂ ਔਰ ਫੌਜੀ ਅਦਾਲਤਾਂ ਕਰਨ ਦੀਆਂ ਕਿਉਂਕਿ ਦੂਸਰੇ ਸਾਰੇ ਇਮਰਾਂਡੂ ਨੇ ਹਜੇ ਤੱਕ ਕੋਈ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਕੋਈ ਸਜ਼ਾ ਨਹੀਂ ਕੋਈ ਅੱਗਾ ਨਹੀਂ ਕੋਈ ਪਿੱਛਾ ਨਹੀਂ ਇਹਨੂੰ ਕਹਿੰਦੇ ਨੇ ਡੁੱਬੀਆਂ ਰਿਆਸਤਾਂ ਖਤਮ ਹੋ ਚੁੱਕੀਆਂ ਰਿਆਸਤਾਂ ਨੂੰ ਕਹਿੰਦੇ ਨੇ ਯਾਨੀ ਕਿ ਜਿਸ ਮੁਲਕ ਵਿੱਚ ਨਿظਾਮ ਇਨਸਾਫ ਹੀ ਕੋ ਨਹੀਂ ਉਹ ਰਿਆਸਤ ਰਿਆਸਤ ਗਿਣੀ ਨਹੀਂ ਜਾਂਦੀ ਇੰਨੀ ਇੰਨੀ ਗੰਦੀ ਕਰ ਦਿੱਤੀ ਹੈ ਰਿਆਸਤ ਇਸ ਇਸ ਨਿਆਜ਼ੀ ਨੇ ਪਿਛਲੇ 4 ਸਾਲਾਂ ਚ ਠੀਕ ਹੈ ਨਾ ਫਰਾਂਸ ਦੇ ਵਿੱਚ ਚੌਥੇ ਦਿਨ ਰਿਆਸਤ ਬੈਠੀ ਉਹਨਾਂ ਐਲਾਨ ਕੀਤਾ ਕਿ 24 ਘੰਟੇ ਅਦਾਲਤਾਂ ਫੌਜੀ ਅਦਾਲਤਾਂ ਵੀ ਤੇ ਸਿਵਲ ਅਦਾਲਤਾਂ ਵੀ 24 ਘੰਟੇ ਕੰਮ ਕਰਨ ਦੀਆਂ ਔਰ ਹੋਂ ਤੱਕ ਇਹ ਪੰਜ-ਛਤਾਂ ਦਿਨਾਂ ਦੇ ਵਿੱਚ ਤੱਕ तकरीबन 15000 ਯੁੱਥੀਏ ਜਿਹੜਾ ਉਹਨੂੰ ਫਾਂਸੀਆਂ ਯਾਨੀ ਕਿ 15-15 ਸਾਲ ਸਜ਼ਾ 20-20 ਸਾਲ ਸਜ਼ਾ 30-30 ਸਾਲ ਸਜ਼ਾ ਉਹ ਪਟਾ ਚੱਲਦਾ ਪਿਆ ਔਰ ਉਸ ਪਟੇ ਤੇ ਚੜ ਹੀ ਜਾਂਦੇ ਨੇ ਫਰਾਂਸ ਦੇ ਯੁੱਥੀਆਂ ਨੂੰ ਔਰ ਪਾਕਿਸਤਾਨ ਦੇ ਵਿੱਚ ਤੁਸੀਂ ਵੇਖੋ ਕੁਈ ਕਹਿੰਦਾ ਫੌਜੀ ਅਦਾਲਤ ਕੋਈ ਕਹਿੰਦਾ ਇਹ ਅਦਾਲਤ ਕੋਈ ਕਹਿੰਦਾ ਉਹ ਅਦਾਲਤ ਕੋਈ ਕਹਿੰਦਾ ਫਲਾਨੀ ਅਦਾਲਤ ਕੋਈ ਕੋਈ ਸਿਰਫ ਸਿਰਫ ਪੈਰ ਹੀ ਕੋਈ ਨਹੀਂ ਲੱਗਦਾ ਕੁ ਵਾਲੀ ਬਾਰਾ ਸੀ ਕੋਈ ਜਿਹੜਾ ਮਰਜ਼ੀ ਆਵੇ ਫੌਜ ਤੇ ਹਮਲੇ ਕਰ ਦੇ ਪੁਲਿਸ ਤੇ ਹਮਲੇ ਕਰ ਦੇ ਰੈਂਜਰ ਤੇ ਹਮਲੇ ਕਰ ਦੇ ਸਾੜ ਦੇ ਜ਼ਿਲਾ ਦੇ ਮੈਟਰੋ ਸਾੜ ਦੇ ਕੋਈ 20 ਹਰਾਂ ਦੇ ਮੈਟਰੋ ਸੜੀਆਂ ਨੇ ਪਿਛਲੇ 4 ਸਾਲਾਂ 'ਚ ਬਦੀ ਲਬੈਕ ਵਾਲੇ ਸਾੜਦੇ ਨੇ ਪੈਕੇ ਦੇ ਕਦੀ ਪੀਟੀਆ ਜਿਹੜੇ ਪੈ ਸਾੜਦੇ ਨੇ ਕੋਈ ਕਿਸੇ ਨੂੰ ਨਾ ਸਜ਼ਾ ਨਾ ਕੋ ਅੱਗਾ ਨਾ ਕੋ ਪਿੱਛਾ ਉਵੇਂ ਹੀ ਉਹ ਫਿਰਦੇ ਰਹੇ ਮੈਂ ਤਾਂ ਸੋਚਣ ਵਾਲੀ ਗੱਲ ਹੈ ਵਜ਼ੀਰ ਆਜ਼ਮ ਸਾਹਿਬ ਆਰਮੀ ਚੀਫ ਸਾਹਿਬ ਔਰ ਬਾਕੀ ਆਈਐਸਆਈ ਵਾਲੇ ਸਾਡੇ ਮਿੱਠੇ ਔਰ ਜਿੰਨੇ ਔਰ ਜੱਜਾਂ ਦੀ ਤਾਂ ਤੁਸੀਂ ਖਾਤਾ ਹੀ ਗੋਲ ਹੋ ਨਾ ਇੱਥੇ ਇੱਥੇ ਗਰੀਲਿਸ ਤਰੀਮ ਕੌਮ ਹੈ ਪਾਕਿਸਤਾਨ ਦੀ ਉਹ ਯਾਰ ਜਿਹੜੇ ਦਾਦਾ 20-20 ਕਰੋੜ ਰੁਪਏ ਦੇ ਕੇ ਹਾਈ ਕੋਰਟ ਦੇ ਜੱਜ ਲੱਗਦੇ ਨੇ ਵੀ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਮਤ ਤੁਸ ਸਭ ਨੂੰ ਪਤਾ ਹੈ ਕਿੰਨੇ ਪੈਸੇ ਦੇ ਕੇ ਜੱਜ ਲੱਗਦਾ ਹੈ ਮਤਲਬ ਸਾਡੇ ਕੋਲ ਵੀ ਆਫਰ ਆndੀ ਰਹੀ ਨੇ ਮੈਨੂੰ ਇੱਕ ਬੰਦੇ ਨੇ ਕਿਹਾ ਜਟਾ ਸਾਹਿਬ ਤੁਸੀਂ ਜੱਜ ਲੱਗ ਜਾਓ ਆਜੋ ਉਹ ਮੈਂ ਕਿਹਾ ਮੈਂ ਤੇ ਲਾਇ ਨਹੀਂ ਕੀਤਾ ਉਹਨੇ ਕਿਹਾ ਇੱਥੇ ਦੂਜਿਆਂ ਨੇ ਕੀਤਾ ਤੇ ਤੁਸੀਂ ਬੰਦੇ ਜਰਾ ਦਬੰਗੋ ਦੇ ਆ ਜਿਓ ਲੋਰ ਹਾਈ ਕੋਰਟ ਦਾ ਜੱਜ ਅਸੀਂ ਤੁਹਾਨੂੰ ਲਵਾ ਦਿੰਨੇ ਆ ਤੇ ਪੈਸੇ ਵੀ ਨਹੀਂ ਦੇਣੇ ਪੈਣਗੇ ਆਜੋ ਅਨੁਕਿਆ ਅਰਥਾ ਰੈਡੀ ਹੈ ਰੇਟ 10 ਕਰੋੜ ਹੈ ਲੇਕਿਨ ਤੁਹਾਡੇ ਆਸਤੇ ਮੁਫਤ ਆਜੋ ਇਹ ਸਾਰਾ ਤੱਕ ਗੱਲ ਜਿਹੜੀ ਹੈ ਵਿਗੜੀ ਹੈ ਠੀਕ ਹੈ ਨਾ ਟੜਾ ਤੜ ਸਜ਼ਾਵਾਂ ਪਟੇ ਚੜੇ ਨੇ ਬਲਕਿ ਇੱਕ ਖਤੂਨ ਸੀ ਉਹ ਹਮਲਾ ਹੋ ਚੁੱਕੀ ਸੀ ਜੱਜ ਫਰਾਂਸ ਦੀ ਮੈਂ ਗੱਲ ਦੱਸਣਾ ਪਿਆ ਉਹਨੂੰ ਬਚਾ ਆਉਣੇ ਚ ਕੋਈ ਐਵੇਂ ਹਫ਼ਤਾ 10 ਦਿਨ ਹੀ ਰਹਿੰਦੇ ਨੇ ਉਹਨੂੰ ਵੀ ਬੁਲਾ ਲਿਆ ਕਿ ਤੂੰ ਇੱਥੇ ਆ ਜਾ ਤੇਰਾ ਇੱਥੇ ਐਂਬੂਲੈਂਸ ਇੱਥੇ ਖਿਲਾੜ ਦਿੰਦੇ ਆ ਜਦੋਂ ਹੀ ਤੈਨੂੰ ਉਹ ਮਸਲਾ ਜਿਹੜਾ ਬੱਚੇ ਵਾਲਾ ਬਣੇਗਾ ਤੇ ਇੱਥੋਂ ਹੀ ਐਂਬੂਲੈਂਸ ਦੇ ਵਿੱਚ ਹੀ ਤੈਨੂੰ ਅਸੀਂ ਪਾਵਾਂਗੇ ਤੂੰ ਪਟੇ ਤੇ ਆ ਕੇ ਪਾਓ ਔਰ ਉਹ ਉਹ ਵੀ ਆ ਗਈ ਆਪਣੇ ਮੁਲਕ ਦੀ ਖਾਤਰ ਔਰ ਸਾਡੇ ਜੱਜ ਤੁਸੀਂ ਵੇਖੋ ਕਿਹੜੀਆਂ ਕਿਹੜੀਆਂ ਸਾਦਸ਼ਾ ਕੋਈ ਕਿਸੇ ਨਾਲ ਮੁਲਾਕਾਤ ਪਿਆ ਕਰਦਾ ਹੈ ਕੋਈ ਕਿਸੇ ਨਾਲ ਮੁਲਾਕਾਤ ਪਿਆ ਕਰਦਾ ਹੈ ਮਤਲਬ ਕਿ ਫਿਕਰ ਹੀ ਕੋਈ ਨਹੀਂ ਕੀ ਆ ਤੁਸੀਂ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਬਿਆਨ ਸੁਣਿਆ 9 ਮਈ ਦੇ ਹਵਾਲੇ ਦਾ ਨਾ ਕੀ ਲਾਹੌਰ ਹਾਈ ਕੋਰਟ ਤੋਂ ਕੋਈ ਬਿਆਨ ਸੁਣਿਆ ਹੋਵੇ ਕਿਸੇ ਹੋਰ ਹਾਈ ਕੋਰਟ ਦੇ ਵਿੱਚੋਂ ਕਿ ਪਾਕਿਸਤਾਨ ਦੇ ਨਾਲ ਜ਼ਿਆਤੀ ਹੈ ਸੀ ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ Imran Khan ਨੂੰ ਔਰ ਉਹਦੇ ਹਾਮੀਆਂ ਨੂੰ ਕਿਸੇ ਅਦਾਲਤ ਚ ਸੁਣਿਆ ਨਹੀਂ ਕਿਉਂਕਿ ਇਹ ਸਾਰੇ ਪੈਸੇ ਦੇ ਕੇ ਉਹਨਾਂ ਦੇ ਪੈਸੇ ਤੇ ਪਲਦੇ ਨੇ ਪਏ Israel ਦੇ ਪੈਸੇ ਤੇ ਪਲਦੇ ਨੇ ਪਏ ਤਾਂ ਕਿਸ ਤਰ੍ਹਾਂ ਇਹ ਬਿਆਨ ਦੇਣਗੇ ਠੀਕ ਹੈ ਨਾ ਤੇ ਫਰਾਂਸ ਦੇ ਵਿੱਚ ਉਹ ਯੁੱਥੀਆਂ ਨੂੰ ਤੜਾ ਤੜ ਫਾਂਸੀਆਂ ਔਰ ਸਦਾ ਮੌਤਾਂ ਜਿਹੜੀਆਂ ਨੇ ਉਹ ਦੇਈ ਜਾ ਰਹੇ ਨੇ ਤੇ ਪਾਕਿਸਤਾਨੀਓ ਕੁਝ ਸਮਝ ਲਓ ਤੁਸੀਂ ਕਿ ਰਿਆਸਤਾਂ ਜਦੋਂ ਉੱਠਦੀਆਂ ਨੇ ਜੜਦੀਆਂ ਨੇ ਤੇ ਉਹ ਕੀ ਕਰਦੀਆਂ ਨੇ ਠੀਕ ਹੈ ਅਗਲੀ ਖਬਰ ਤੇ ਆਜੋ ਆਰਮੀ ਚੀਫ ਨੇ ਨਿਆਜ਼ੀ ਨੂੰ ਅੱਜ ਡਾਡਿ ਸ਼ਟਅਪ ਕਾਲ ਜਿਹੜੀ ਉਹ ਦਿੱਤੀ ਹੈ ਔਰ ਜਿਹੜੇ ਉਹਦੇ ਨਾਲ ਜਿਹੜੇ ਹਵਾਰੀ ਨੇ ਉਹਨਾਂ ਨੂੰ ਵੀ ਆਰਮੀ ਆਰਮੀ ਚੀਫ ਸਾਹਿਬ ਨੇ ਜਿਹੜਾ ਉਹ ਉਹ ਫੁੱਲ ਥੋਕਾ ਜਿਹੜਾ ਉਹ ਲਾਇਆ ਔਰ ਸ਼ਟ ਅਪ ਕਾਲ ਦਿੱਤੀ ਕਿ ਇਨਸਾਨ ਦੇ ਪੁੱਤਰ ਬਣ ਜਾ ਪਾਕਿਸਤਾਨ ਦੀ ਮਉਸ਼ਰ ਦੇ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੋ ਤੇ ਮੈਂ ਸਾਖ达ਰ ਸਾਹਿਬ ਨੂੰ ਇੱਥੇ ਸਲਾਮ ਪੇਸ਼ ਕਰਨਾ ਔਰ ਸ਼ਬਾਸ਼ ਸ਼ਰੀਫ ਸਾਹਿਬ ਨੂੰ ਕਿ ਜਿੰਨਾ ਡਾਲਰ ਦੇ ਮੁਕਾਬਲੇ ਚ ਰੁਪਏ ਦੀ ਕੀਮਤ ਜਿਹੜੀ ਹੈ ਪੂਰੀ ਦੁਨੀਆ ਤੋਂ ਜ਼ਿਆਦਾ ਜਿਹੜਾ ਰੁਪਇਆ ਮਜ਼ਬੂਤ ਹੋਇਆ ਹੈ ਜਿਹੜਾ ਪਿਛਲੇ ਮਹੀਨੇ ਦਾ ਇਹ ਖਾਤਾ ਹੈ ਤੇ ਆਰਮੀ ਚੀਫ ਸਾਹਿਬ ਨੇ ਅੱਜ ਪੂਰੀ ਜਿਹੜੀ ਹੈ ਨਾ ਮਤਲਬ ਕਿ ਤੁਸੀਂ ਕਹ ਲਓ ਵਜਾਈ ਹੈ ਇਸ਼ਾਰਾ ਤੇ ਮੈਂ ਸ਼ਾਰਾ ਨੂੰ ਵੀ ਸਲਾਮ ਪੇਸ਼ ਕਰਨਾ ਕਿ ਤੁਸੀਂ ਇਹ ਸ਼ਟ ਅਪ ਕਾਲ ਦਿੱਤੀ ਔਰ ਵਜਾਈ ਹੈ ਇਹਨਾਂ ਦੀ ਔਰ ਮੈਂ ਸਮਝਦਾ ਕਿ ਇਹ ਤਕਰੀਰਾਂ ਚ ਵਜਾਣ ਦੀ ਚਲੋ ਇੰਨੀ ਲੋੜ ਨਹੀਂ ਠੀਕ ਹੈ ਚਲੋ ਇਹ ਹੋ ਗਿਆ ਪਟੇ ਤੇ ਚੜੋ ਸਰ ਜੀ ਪਟਾਕਾ ਦੇ ਹਸਤੇ ਪਟੇ ਤੇ ਚੜੋ ਸਾਨੂੰ ਪਤਾ ਹੈ ਕਿ ਤੁਹਾਡਾ ਕੀ ਪਲਾਨ ਹੈ ਨਿਆਜ਼ੀ ਦੇ ਬਾਰੇ ਅਸੀਂ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਲੀਕ ਨਾ ਹੋ ਜਾਏ ਠੀਕ ਹੈ ਨਾ ਲੇਕਿਨ ਇਹ ਵੀ ਕਿ ਪਟੇ ਤੇ ਚੜੋ ਫੱਟੇ ਤੇ ਚੜੋ ਖੇਡ ਅੱਗੇ ਮੁਕਾਈਏ ਕਿ ਠੀਕ ਹੈ ਨਾ ਜੀ ਅਗਲੀ ਖਬਰ ਤੇ ਅੱਜ ਉਸਮਾਨ ਬੁਜ਼ਦਾਰ ਦੀ ਗ੍ਰਿਫਤਾਰੀ ਤੇ ਸ਼ਹਾਦ ਅਕਬਰ ਵਾਦਾ ਮਾਫ ਕੋਆ ਉਸਮਾਨ ਬੁਜ਼ਦਾਰ ਜਿਹੜਾ ਉਹ ਪਿਛਲੇ 2-3 ਮਹੀਨਿਆਂ ਤੋਂ ਉਹਦੇ ਨਾਲ ਮਾਮਲੇ ਚੱਲ ਰਹੇ ਸੀ ਖਾਸ ਤੌਰ ਤੇ 9 ਮਈ ਤੋਂ ਬਾਅਦ ਸਾਰਾ ਹਫ਼ਤੇ ਵਾਕਿਆਤ ਜਿਹੜੇ ਨੇ ਉਹਦੇ ਵਿੱਚ ਤੇ ਉਹ 2-4 ਦਫਾ ਮੰਨਿਆ ਜੀ ਮੈਂ ਸਾਰਾ ਕੁਝ ਦੇਣਾ ਫਿਰ ਕਹਿੰਦਾ ਨਹੀਂ ਫਿਰ ਕਹਿੰਦਾ ਦੇਣਾ ਫਿਰ ਕਹਿੰਦਾ ਨਹੀਂ ਦਿੰਦਾ ਫਿਰ ਕਹਿੰਦਾ ਦੇਣਾ ਉਹ ਇਸ ਕਸ਼ਮਕਸ਼ੇ ਚੀਂ ਜਦਰੀ ਗੱਲ ਉਹਨੂੰ ਮੈਸੇਜ ਆ ਜਾਂਦੇ ਨੇ ਕਿ ਅੱਜ ਇਜ਼ਰਾਈਲ ਤੋਂ ਫੋਨ ਆ ਗਿਆ ਖਾਨ ਆ ਗਿਆ ਤੇ ਉਹ ਕਹਿੰਦਾ ਨਹੀਂ ਮੈਂ ਬਿਆਨ ਨਹੀਂ ਦੇਣਾ ਫਿਰ ਜਦੋਂ ਕੋਈ ਆ ਕੇ ਬੂਹਾ ਖੜਕਾਉਂਦਾ ਹੈ ਕਿ ਹਾਂ ਭਾਈ ਚਲਿਏ ਨਿਆਰੇ ਬਾਰੇ ਪਛੱਦੇ ਨੇ ਕਹਿੰਦਾ ਜੀ ਮੈਂ ਦੇਣਾ ਸਾਰਾ ਕੁਝ ਉਹ ਇਸ ਕਸ਼ਮਕਸ਼ ਦੇ ਵਿੱਚ ਆ ਤੇ ਉਹ ਉਹਦੀ ਗ੍ਰਸਤਾਰੀ ਜਿਹੜੀ ਹੈ ਉਹਦਾ ਫੈਸਲਾ ਹੋ ਗਿਆ ਹੁਣ ਵੇਖੋ ਅਧਿਆੜੀ ਅੱਧੀ ਦਰੂਨ ਚੋਂ ਦੇ ਵਿੱਚ ਇੱਕ ਗ੍ਰਸਤਾਰੀ ਉਸਮਾਨ ਬੁਜ਼ਦਾਰ ਦੀ ਹੋਣੀ ਕਿਉਂਕਿ ਉਸ ਤੋਂ ਉਸਮਾਨ ਬੁਜ਼ਦਾਰ ਉਹ ਤੋਤਾ ਹੈ ਜਿਹਦੇ ਵਿੱਚ ਪੀਰ ਨਹੀਂ ਔਰ ਨਿਆਜ਼ੀ ਦੀ ਜਾਨ ਹੈ ਇਹੀ ਉਹਨਾਂ ਨੂੰ ਸਾਰਾ ਹਿੱਸਾ ਜਿਹੜਾ ਉਹ ਪਹੁੰਚਾਉਂਦਾ ਸੀ ਸਾਰੇ ਖਾਤੇ ਪੰਜਾਬ ਜਿਹੜਾ ਖੋਖਲਾ ਹੋਇਆ ਹੈ ਪੰਜਾਬ ਦੇ ਨਲਕਿਆਂ ਚ ਪਾਣੀ ਮੁੱਕਾ ਹੈ ਇਹ ਬੁਜ਼ਾਰ ਦੇ ਦਸ ਦਸ ਖਤਨ ਵਾਲੀ ਮੁਕਾ ਹੈ ਨਾ ਚਲੋ ਇਹਨੇ ਤੇ ਚਲੋ 100 ਵਿੱਚੋਂ 2-4 ਰੁਪਏ ਲੈ ਆਉਣਗੇ ਮਾਲ ਮਾਲ ਗੱਡੀ ਤੇ ਸਾਰੀ ਬਣੀ ਗੱਲਾਂ ਜਾਂਦੀ ਸੀ ਨਾ ਗੋਗੀ ਔਰ ਪੀਰ ਨਹੀਂ ਕੋਣ ਤੇ ਇਹਦੀ ਗ੍ਰਿਫਤਾਰੀ ਜਿਹੜੀ ਹੈ ਇਹ ਅਨਕਰੀਬੇ ਕਿਉਂਕਿ ਇਹ ਡਾਵਾ ਡੋਲ ਇਹਨੂੰ ਕੋਈ ਨਾ ਕੋਈ ਜਰਨਲ ਬਣ ਕੇ ਕੋਈ ਬਰਗੇਡੀਅਰ ਬਣ ਕੇ ਮੈਸੇਜ ਕਰ ਦਿੰਦਾ ਉਹ ਨਹੀਂ 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 ਖਾਨ ਆ ਰਿਹਾ ਉਹ ਪਿੱਛੇ हट ਜਾਂਦਾ ਕਹਿੰਨੇ ਜੀ ਮੈਂ ਨਹੀਂ ਦੇਣਾ ਬਿਆਨ ਜੀ ਮੈਂ ਵਾਦਾ ਮਾਫਗੁਆ ਨਹੀਂ ਬੰਨਣਾ ਜਾਂ ਮੈਂ ਸਬੂਤ ਨਹੀਂ ਦੇਣਾ ਉਹ ਫਿਰ ਜਦੋਂ ਕੋਈ ਆਉਂਦਾ ਤੇ ਉਹ ਫਿਰ ਡਾਵਾ ਡੋਲਦਾ ਉਹ ਇਸ ਵਕਤ ਉਹਦਾ ਇਹ ਸਾਖਤਾਵੇ ਤੇ ਉਹਦੀ ਗ੍ਰਿਫਤਾਰੀ ਦਾ ਫੈਸਲਾ ਜਿਹੜਾ ਉਹ ਕਰ ਲਿਆ ਗਿਆ ਤੇ ਸ਼ਹਾਦ ਅਕਬਰ ਜਿਹੜਾ ਸਕਾਟਲੈਂਡ ਦੇ ਵਿੱਚ ਬਹਿ ਕੇ ਮੀਆਂ ਨਵਾਸ਼ੀਰ ਸਾਹਿਬ ਦੀਆਂ ਤਰੀਫਾਂ ਤੇ ਤਰੀਫਾਂ ਕੀਤਾ ਜਾ ਰਿਹਾ ਕਿ ਮੀਆਂ ਨਵਾਸ਼ੀਰ ਸਾਹਿਬ ਬੜੇ ਅੱਛੇ ਆਦਮੀ ਨੇ ਬੜੇ ਪਿਆਰੇ ਆਦਮੀ ਨੇ ਬੜੇ ਮੁਹੱਬਤਵਤਨ ਨੇ ਬੜਾ ਵੱਡਾ ਲੀਡਰ ਹੈ عظیم ਲੀਡਰ ਹੈ ਤੇ ਇਹ ਉਹ ਤੇ ਉਹ ਉਹ ਉਹਦੇ ਬਾਰੇ ਵੀ ਇਹੀ ਸੋਚਿਆ ਜਾ ਰਿਹਾ ਕਿ ਉਹ ਸ਼ਹਾਦ ਅਕਬਰ ਜਿਹੜਾ ਉਹ ਵੀ ਵਾਦਾ ਮਾਫਗੁਆ ਬਣੇਗਾ ਉਹ ਇੱਕ ਤੋਂ 60 ਰਬੜਾ ਕੇਸ ਹੈ ਤੇ ਉਸ ਤੋਂ ਬਾਅਦ ਹੋਰ بڑے ਕੇਸ ਨੇ ਸ਼ਹਜ਼ਾਦ ਅਕਬਰ ਨਿਆਜ਼ੀ ਪੀਰ ਨੀਂਗ ਹੋ ਗਈ ਇਹਨਾਂ ਰੜ ਕੇ ਇਹ ਬਹੁਤ ਵੱਡਾ ਗੈਂਗ ਸੀ ਤੇ ਉਹ ਹੁਣ ਤਰਲੇ ਪਿਆ ਕਰਦਾ ਜੀ ਮੈਨੂੰ ਛੱਡੋ ਜਿਹੜਾ ਨਵਾਂ ਕਾਨੂੰਨ ਬਣਿਆ ਤੇ ਮੈਂ ਤੁਹਾਨੂੰ ਦੱਦੈਨਾ ਸਾਰਾ ਕੁਝ ਤੇ ਇਹ ਸ਼ਹਜ਼ਾਦ ਅਕਬਰ ਜਿਹੜਾ ਇਹ ਮੀਆਂ ਸਾਹਿਬ ਦੀਆਂ ਤਰੀਫਾਂ ਕਰ ਰਿਹਾ ਤੇ ਇਹ ਵੀ ਉਹਨੋਂ ਜਾਜ ਫੜ ਕੇ ਤੇ ਪਾਕਿਸਤਾਨ ਆਉਣ ਦੀ ਕੋਸ਼ਿਸ਼ ਕਰੇਗਾ ਅਗਲੇ ਚੰਨ ਦਿਨਾਂ ਦੇ ਵਿੱਚ ਵਾਰੰਟ ਤੇ ਇਹਦੇ ਨਿਕਲੇ ਨੇ ਲੇਕਿਨ ਜ਼ਹਿਰੀ ਗੱਲ ਇਹ ਜੇ ਤੋਂ ਨੇ ਵਾਦਾ ਮਾਫ ਗੁਆ ਬਣਨਾ ਹੈ ਉਸ ਫਾਰਮ ਤੇ ਦਸ ਦਸ ਖਤ ਕਰਨੇ ਨੇ ਤੇ ਵਾਰੰਟ ਸ਼ਰੰਟ ਚਿਹੜੇ ਨੇ ਉਹ ਫਿਰ ਖਤਮ ਹੋ ਜਾਣਗੇ ਜ਼ਹਿਰੀ ਗੱਲ ਤੇ ਇਹ ਗਵਾਈ ਜਿਹੜੀ ਹੈ ਇਹ ਦੇਗਾ ਤੇ ਫਰਾਂਸ ਦੇ ਵਿੱਚ ਯੋਧੀਆਂ ਨੂੰ ਤੜਾ ਤੜ ਫਾਂਸੀਆਂ ਤੇ ਪਾਕਿਸਤਾਨ ਦੇ ਵਿੱਚ ਯੋਧੀਆਂ ਜਿਹੜੇ ਫੱਦੇ ਨੇ ਉਹਨਾਂ ਦਾ ਅਜੇ ਤੱਕ ਕੋਈ ਜਿਹੜਾ ਨਾ ਸਜ਼ਾ ਨਹੀਂ ਮਿਲੀ ਇਹ ਹੁੰਦੀ ਹੈ ਗੱਲ ਉਹ ਰਿਆਸਤਾਂ ਜਿਨ੍ਹਾਂ ਨੇ ਜਿਹਨਾਂ ਨੇ ਤਰੱਕੀ ਕੀਤੀ ਹੁੰਦੀ ਹੈ ਔਰ ਉਹ ਰਿਆਸਤ ਜਿਹਦਾ ਬਿਹੜਾ ਹੀ ਕਰਕੇ ਆ ਸਾਹਿਬ ਤੁਸੀਂ ਆਪ ਲਾ ਲ ਬਹੁਤ ਸ਼ੁਕਰੀਆ